ਮੈਂ ਸਰਵਣ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੇ ਖੜਾ ਜੀ। ਤੁਹਾਨੂੰ ਮੇਰੇ ਪਿੱਛੇ ਕੇਂਦਰ ਵੱਲੋਂ ਕੱਢੀਆਂ ਹੋਈਆਂ ਕੰਧਾਂ ਵੀ ਦੀਦੀਆਂ ਹੋਣਗੀਆਂ। ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਅਸੀਂ MSP ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫੀ, ਫਸਲੀ ਬੀਮਾ ਯੋਜਨਾ, ਮਜ਼ਦੂਰਾਂ ਦੀ ਨਰੇਗਾ, ਆਦਿਵਾਸੀਆਂ ਦੀ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਨ ਲਈ, ਇਹ ਸਾਰੀਆਂ ਗੱਲਾਂ 'ਤੇ ਅੰਦੋਲਨ ਕਰ ਰਹੇ ਆ। ਔਰ ਸਾਨੂੰ ਇੱਥੇ 13 ਫਰਵਰੀ ਤੋਂ ਰੋਕਿਆ ਗਿਆ। ਔਰ ਜਿਵੇਂ ਖੱਟਰ ਸਾਹਿਬ ਕਹਿੰਦੇ ਸੀ ਵੀ ਇਹਦੇ ਨਾਲ ਹਰਿਆਣਾ ਦੇ ਲੋਕ ਖੁਸ਼ ਹੈਗੇ ਆ, ਜਿਵੇਂ ਇੱਥੇ ਡਰੋਨਾਂ ਰਾਹੀਂ ਸਾਡੇ 'ਤੇ ਹੰਝੂਗਾਂ ਦਾ ਇਸਤੇਮਾਲ ਹੋਇਆ, ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ, ਫਿਰ ਬੁਲਟ SLR ਵੀ ਚੱਲੀ ਅਤੇ 12 ਬੋਰ ਵੀ ਚੱਲੀ, 433 ਕਿਸਾਨ ਸਾਡੇ ਜ਼ਖਮੀ ਹੋਏ, 6 ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ, ਔਰ ਸ਼ਹੀਦ ਸ਼ੁਭਕਰ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ। ਪੰਜਾਬ ਹਰਿਆਣੇ ਦੀ ਆਰਥਿਕਤਾ 'ਤੇ ਇਹਦੇ ਬੁਰੇ ਪ੍ਰਭਾਵ ਪਏ, ਆਮ ਲੋਕਾਂ ਨੂੰ, ਟਰਾਂਸਪੋਰਟਰਾਂ ਨੂੰ ਵੱਡੀਆਂ ਤਕਲੀਫਾਂ ਸਹਿਣੀਆਂ ਪਈਆਂ। ਪਰ ਖੱਟਰ ਸਾਹਿਬ ਕਹਿੰਦੇ ਵੀ ਅਸੀਂ ਕਿਸਾਨਾਂ ਨੂੰ ਰੋਕ ਕੇ ਖੁਸ਼ੀ ਕਮਾਈ ਆ। ਔਰ ਜਿਵੇਂ ਜਿਹੜੇ ਅਫਸਰਾਂ ਨੇ ਕਿਸਾਨਾਂ 'ਤੇ ਜ਼ੁਲਮ ਕੀਤੇ, ਉਹਨਾਂ ਨੂੰ ਸਨਮਾਨ ਕਰਨ ਦਾ ਵੀ ਜ਼ੋਰ ਲੱਗਾ, ਬੇਸ਼ੱਕ ਉਹ ਸਫਲ ਨਹੀਂ ਹੋ ਸਕੇ। ਇਹਨਾਂ ਗੱਲਾਂ ਨੂੰ ਲੈ ਕੇ ਔਰ ਜਿਹੜੀ 70,000 ਅਰਧ ਸੈਨਿਕ ਫੋਰਸ ਲਾਈ ਸੀ ਹਰਿਆਣੇ ਵਿੱਚ, ਇਹਨਾਂ ਮਸਲਿਆਂ 'ਤੇ ਮੁੱਦੇ ਗੂੰਜਦੇ ਰਹੇ ਹਰਿਆਣੇ ਦੀ ਇਲੈਕਸ਼ਨ ਵਿੱਚ। ਔਰ ਹੁਣ ਕੱਲ੍ਹ ਇਹ ਗੱਲਾਂ ਦਾ 8 ਨੂੰ, ਜਿਹੜੀ ਕੱਲ੍ਹ ਵੋਟਿੰਗ, ਉਹਦਾ 8 ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ ਵੀ ਕੀ ਸਹੀ ਸੀ, ਕੀ ਗੱਲ ਸੀ। ਜਿਹੜੇ ਕਹਿੰਦੇ ਸੀ ਵੀ ਇਹ ਬਾਰਡਰ ਖੋਲ੍ਹਾਂਗੇ, ਉਹਨਾਂ ਦਾ ਵੀ 8 ਤੋਂ ਬਾਅਦ ਪਤਾ ਲੱਗ ਜੂ, ਅਰੇ ਇਸ ਬਾਰਡਰ ਦਾ ਭਵਿੱਖ ਵੀ ਜਾਣੀ 8 ਵਾਲੇ ਦਿਨ ਖੁੱਲ੍ਹ ਜੂਗਾ, ਵੀ ਇਹ ਖੁੱਲ੍ਹਦਾ ਕਿ ਨਹੀਂ ਖੁੱਲ੍ਹਦਾ ਹੈਗਾ। ਔਰ ਜਿਹੜੇ ਇਹ ਦਾਅਵਾ ਕਰਦੇ ਸੀ ਵੀ ਸਾਡੀ ਪੋਲਿਸੀ ਸਹੀ ਆ, ਉਹਨਾਂ ਨੂੰ ਵੀ ਜਵਾਬ ਮਿਲੂਗਾ। ਔਰ ਇਹਦੇ ਨਾਲ ਦੀ ਨਾਲ ਅਸੀਂ ਕਹਿੰਦੇ ਹਾਂ ਮੋਦੀ ਸਾਹਿਬ ਦੇ ਹੁੰਦਿਆਂ ਅਸੀਂ MSP ਲੀਗਲ ਗਰੰਟੀ ਕਾਨੂੰਨ ਲਾਵਾਂਗੇ ਅਤੇ ਦਿੱਲੀ ਜਾ ਕੇ ਪ੍ਰਦਰਸ਼ਨ ਕਰਾਂਗੇ। ਕੱਲ੍ਹ ਜਿਹੜੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਝੋਨੇ ਦੀ ਖਰੀਦ 'ਤੇ, ਉਹ ਕਹਿ ਰਹੇ ਵੀ ਜਲਦੀ ਫੈਸਲਾ ਕਰਕੇ ਨਿਪਟਾਰਾ ਕਰ ਦਾਂਗੇ। ਜੇਕਰ ਝੋਨੇ ਦੀ ਖਰੀਦ ਨਾ ਹੋਈ ਤਾਂ ਦੋਵਾਂ ਫੋਰਮਾਂ ਦਾ ਫੈਸਲਾ, ਜਿੱਥੇ ਜਿੱਥੇ ਵੀ ਝੋਨੇ ਦੀ ਖਰੀਦ ਰੁਕੂਗੀ ਉੱਥੇ ਉੱਥੇ ਅੰਦੋਲਨ ਹੋਊਗਾ। ਇਹਦੋ ਗਾਂਹ ਸ਼ਹੀਦਾਂ 'ਤੇ 27 ਪੋਲਸੀ, ਔਰ ਇਹਦੋ ਗਾਹਾਂ ਜਿਹੜੇ ਹੋਰ ਮਸਲੇ ਨੇ ਉਹ 15 ਅਕਤੂਬਰ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਨਿਪਟਾਰਾ ਕਰ ਦਾਂਗੇ ਜਾਂ ਸ਼ਹੀਦ ਪਰਿਵਾਰਾਂ ਨੂੰ ਰਹਿੰਦਾ ਮੁਆਵਜ਼ਾ ਤੁਹਾਡਾ ਦੇ ਦਿਆਂਗੇ, ਗੰਨਾ ਜਿਹੜਾ ਵਾ ਉਹਦੇ 'ਤੇ ਬਕਾਇਆ ਮਿਲ ਜੂਗਾ, ਗੰਨੇ ਦੇ ਨੂੰ ਲੈ ਕੇ ਜਿਹੜੀ ਮਿੱਲਾਂ ਚਲਾਉਣੀਆਂ ਉਹਦਾ ਹੋ ਜੂਗਾ। ਤੋ ਜਿਹੜੇ ਕੁਛ ਮਸਲਿਆਂ 'ਤੇ ਉਹਦੇ ਭਰੋਸੇ ਆਏ ਹੈਗੇ ਆ, ਇਹ ਸਾਰਾ ਕੁਝ ਆਉਣ ਵਾਲੇ ਸਮੇਂ ਵਿੱਚ ਸਾਫ਼ ਹੋਊਗਾ। ਧੰਨਵਾਦ।